ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਤੇ ਮੈਂ ਹਾਂ ਸਰਬੀ ਸ਼ਰਮਾ ਖਬਰਾਂ ਦੇਸ਼ ਬੁਲੇਟਨ 'ਚ ਸਵਾਗਤ ਖਬਰਾਂ ਦੇ ਬੁਲੇਟਨ ਦੇ ਸਪਾਂਸਰ ਨੇ ਰੀਅਲਟਰ ਗੁਰਜਤਿੰਦਰ ਸਿੰਘ ਰਿੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਦੇ ਲਈ ਸਕਰੀਨ ਤੇ ਦਿੱਤੇ ਨੰਬਰਾਂ ਰਾਹੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਪੇਸ਼ਾਨ ਦੇਸ਼ ਵਿਦੇਸ਼ ਦੀਆਂ ਕੁਝ ਚੋਣਵੀਆਂ ਖਬਰਾਂ ਕੈਨੇਡਾ ਅੰਮ੍ਰਿਤਸਰ ਵਿਚਕਾਰ ਇੱਕ ਹੋਰ ਫਲਾਈਟ ਬੰਦ ਹੋਣ ਕਾਰਨ ਯਾਤਰੀ ਹੋਏ ਨਿਰਾਸ਼ ਪੰਜਾਬੀ ਵਾਲੇ ਖੁਸ਼ਖਬਰੀ ਟੋਰਾਂਟੋ ਅਤੇ ਨਿਊਯਾਰਕ ਤੋਂ ਅੰਮ੍ਰਿਤਸਰ ਲਈ 6 ਅਪ੍ਰੈਲ ਤੋਂ ਸ਼ੁਰੂ ਹੋਣ ਗਿਆ ਉਡਾਨਾ ਹਵਾਈ ਫੌਜ ਦੀ ਵੱਧੇਗੀ ਤਾਕਤ 70 ਬੇਸਿਕ ਟ੍ਰੇਨਰ ਜਹਾਜ਼ਾਂ ਦੀ ਖਰੀਦ ਨੂੰ ਮਿਲੀ ਮਨਜ਼ੂਰੀ ਮਹਿੰਗਾਈ ਦੇਰਮਿਆਨ ਸਰਕਾਰ ਨੇ ਦਿੱਤੀ ਵੱਡੀ ਰਾਹਤ ਸ਼ੂਗਰ ਬੀਪੀ ਦੀਆਂ ਦਵਾਈਆਂ ਦੀਆਂ ਕੀਮਤਾਂ ਕਟੀਆਂ ਪੰਜਾਬ ਦੇ GST ਕਲੈਕਸ਼ਨ 'ਚ 12% ਦਾ ਵਾਧਾ ਫਰਵਰੀ 2023 ਵਿੱਚ ਹਾਸਲ ਕੀਤਾ 1651 ਕਰੋੜ ਰੁਪਏ ਦਾ GST ਮਾਲਿਆ ਜੀਐਨਯੂ 'ਚ ਹਿੰਸਾ ਕਰਨ ਤੇ ਧਰਨਾ ਦੇਣ ਤੇ ਲੱਗੇਗਾ 50000 ਰੁਪਏ ਦਾ ਜੁਰਮਾਨਾ ਹੁਣ ਖਬਰਾਂ ਵਿਸਤਾਰ ਦੇ ਨਾਲ ਅੰਮ੍ਰਿਤਸਰ ਤੋਂ ਵਾਇਆ ਹਿਥਰੋ ਕੈਨੇਡਾ ਜਾਣ ਵਾਲੇ ਭਾਰਤੀ ਯਾਤਰੀਆਂ ਨੂੰ ਉਸ ਵੇਲੇ ਭਾਰੀ ਨਿਰਾਸ਼ਾ ਮਿਲੀ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਨਗਰੀ ਅੰਮ੍ਰਿਤਸਰ ਤੋਂ ਇਹ ਫਲਾਈਟ 25 ਮਾਰਚ 2023 ਤੋਂ ਬੰਦ ਹੋ ਰਹੀ ਹੈ ਅਤੇ ਇਸ ਦੇ ਬਦਲੇ ਵਿੱਚ ਇਹ ਫਲਾਈਟ ਇੰਗਲੈਂਡ ਦੇ ਗੈਟਿਕ ਤੱਕ ਸੀਮਿਤ ਕਰ ਦਿੱਤੀ ਗਈ ਜਿੱਥੋਂ ਕਿ ਕੈਨੇਡਾ ਦੇ ਕਿਸੇ ਮੁੱਖ ਸ਼ਹਿਰ ਵਿੱਚ ਜਾਣ ਲਈ ਵਾਪਸ ਫਿਰ ਹਿਥਰੋ ਹਵਾਈ ਅੱਡੇ ਤੇ ਪਹੁੰਚਣਾ ਪਵੇਗਾ ਇਸ ਸਬੰਧੀ ਫਲਾਈ ਇਨੀਸ਼ੀਏਟਿਵ ਗਲੋਬਲ ਦੇ ਕੋਆਰਡੀਨੇਟਰ ਜ਼ਮੀਪ ਸਿੰਘ ਗੁਮਟਾਲਾ ਨੇ ਉਪਰੋਕਤ ਜਾਣਕਾਰੀ ਦਿੰਦੇ ਦੱਸਿਆ ਕਿ ਪੰਜਾਬੀਆਂ ਵੱਲੋਂ ਕੈਨੇਡਾ ਅੰਮ੍ਰਿਤਸਰ ਤੋਂ ਵਧੇਰੇ ਫਲਾਈਟਾਂ ਦੀ ਮੰਗ ਕੀਤੀ ਜਾਂਦੀ ਹੈ ਇਸ ਸਬੰਧੀ ਭਾਰਤੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਰਾਗਵ ਚੱਡਾ ਅਤੇ ਵਿਕਰਮ ਸਾਹਨੀ ਵੱਲੋਂ ਟਵੀਟ ਕਰਕੇ ਲੋਕਾਂ ਨੂੰ ਲਾਲੀਪਾਪ ਦਿੱਤਾ ਜਾਂਦਾ ਰਿਹਾ ਕਿ ਅੰਮ੍ਰਿਤਸਰ ਤੋਂ ਕੈਨੇਡਾ ਲਈ ਜਲਦੀ ਹੀ ਹੋਰ ਵਧੇਰੇ ਫਲਾਈਟਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ਇਸ ਦੇ ਉਲਟ ਕੈਨੇਡਾ ਭਾਰਤ ਸਰਕਾਰਾਂ ਵਿਚਕਾਰ ਨਵੰਬਰ 2022 ਚ ਹੋਰ ਵਧੇਰੇ ਫਲਾਈਟਾਂ ਕੈਨੇਡਾ ਤੋਂ ਬੈਂਗਲੂਰੂ, ਚਨਈ, ਦਿੱਲੀ, ਹੈਦਰਾਬਾਦ, ਕੋਲਕਾਤਾ ਤੱਕ ਚਲਾਉਣ ਤੇ ਬਦਲੇ ਵਿੱਚ ਇਨ੍ਹਾਂ ਸ਼ਹਿਰਾਂ ਤੋਂ ਟੋਰਾਂਟੋ, ਮੈਂਟਰੀਅਲ, ਐਡਮਿੰਟਨ, ਵੈਂਕੂਵਰ ਦੀਆਂ ਫਲਾਈਟਾਂ ਚਲਾਉਣ ਦਾ ਕੈਨੇਡਾ ਭਾਰਤ ਸਰਕਾਰ 'ਚ ਸਮਝੌਤਾ ਕੀਤਾ ਗਿਆ। ਉਸ ਵੇਲੇ ਪੰਜਾਬੀਆਂ ਨੂੰ ਇਹ ਮਹਿਸੂਸ ਹੋਇਆ ਕਿ ਭਾਰਤੀ ਮੈਂਬਰ ਪਾਰਲੀਮੈਂਟ ਉਹਨਾਂ ਨੂੰ ਹਨੇਰੇ ਵਿੱਚ ਰੱਖ ਕੇ ਝੂਠੀ ਵਾਹ ਵਾਹ ਖਟ ਰਹੇ ਹਨ। ਪੰਜਾਬੀਆਂ ਦੇ ਸਮਝੌਤੇ ਨਾਲ ਕੈਨੇਡਾ ਅੰਮ੍ਰਿਤਸਰ ਹੋਰ ਫਲਾਈਟਾਂ ਚੱਲਣ ਦੀ ਖਾਹਸ਼ ਵੀ ਖਤਮ ਹੋ ਗਈ। ਕੈਨੇਡਾ ਅਤੇ ਅਮਰੀਕਾ ਵਿੱਚ ਵਸਦੇ ਪ੍ਰਵਾਸੀ ਪੰਜਾਬੀ ਜਿਹੜੇ ਹਰ ਸਾਲ ਵੱਡੇ ਗਿਣਤੇ ਵਿੱਚ ਪੰਜਾਬ ਨੂੰ ਜਾਂਦੇ ਹਨ ਉਹਨਾਂ ਲਈ ਹਵਾਈ ਸਫ਼ਰ ਹੁਣ ਸੁਖਾਲਾ ਹੋਣ ਜਾ ਰਿਹਾ। ਉਹਨਾਂ ਲਈ ਚੰਗੀ ਖਬਰ ਹੈ ਕਿ ਇਟਲੀ ਦੀ ਨਿਓਸ਼ 에ਅਰ 6 ਅਪ੍ਰੈਲ 2023 ਤੋਂ ਅੰਮ੍ਰਿਤਸਰ ਨੂੰ ਕੈਨੇਡਾ ਦੇ ਟੋਰਾਂਟੋ ਅਤੇ ਅਮਰੀਕਾ ਦੇ ਨਿਯੋਕ ਤੱਕ ਮਿਲਾਣ ਤੇ ਮਾਲਪੈਂਸਾ ਹਵਾਈ ਅੱਡੇ ਰਾਹੀਂ ਜੋੜਨ ਜਾ ਰਹੀ ਹੈ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਓਜ਼ 에ਅਰ ਦੁਆਰਾ ਟੋਰਾਂਟੋ ਨਾਲ ਜੋੜੇ ਜਾਣ ਦੀ ਸਵਾਗਤ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਟੋਰਾਂਟੋ ਅਤੇ ਵੈਂਕੂਵਰ ਲਈ ਸਿੱਧੀਆਂ ਉਡਾਨਾਂ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਸੀ। ਇਸ ਨਵੀਂ ਉਡਾਨ ਦੇ ਸ਼ੁਰੂ ਹੋਣ ਨਾਲ ਟੋਰਾਂਟੋ ਲਈ ਯਾਤਰੀਆਂ ਨੂੰ ਰਾਹਤ ਮਿਲੇਗੀ। ਗੁਮਚਾਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਿਓਜ਼ 에ਅਰ ਨੇ ਦਸੰਬਰ 2022 ਵਿੱਚ ਮਿਲਾਨ ਮਾਲਪੇਨਸਾ ਤੇ ਅੰਮ੍ਰਿਤਸਰ ਵਿਚਕਾਰ ਨਿਰਧਾਰਿਤ ਉਡਾਨਾਂ ਸ਼ੁਰੂ ਕੀਤੀਆਂ ਸਨ। ਏਅਰਲਾਈਨ ਨੇ ਕੋਵਿਡ ਦੌਰਾਨ ਪਹਿਲੀ ਵਾਰ ਸਤੰਬਰ 2021 ਵਿੱਚ ਇਟਲੀ ਅਤੇ ਅੰਮ੍ਰਿਤਸਰ ਵਿਚਕਾਰ ਚਾਰਟਰ ਸੇਵਾਵਾਂ ਦਾ ਸੰਚਾਲਨ ਸ਼ੁਰੂ ਕੀਤਾ ਸੀ ਨਾਲ ਹੀ ਅੰਮ੍ਰਿਤਸਰ ਤੋਂ ਮਿਲਾਨ ਦੇ ਬਰਗਾਮੋ ਅਤੇ ਰੋਮ 에ਅਰਪੋਰਟ ਤੱਕ ਸਪਾਈਸ ਜੈਟ ਨੇ ਵੀ ਚਾਰਟਰ ਉਡਾਨਾਂ ਦੇ ਸੰਚਾਲਨ ਤੋਂ ਬਾਅਦ ਪਿਛਲੇ ਸਾਲ ਨਵੰਬਰ ਵਿੱਚ ਨਿਰਧਾਰਿਤ ਉਡਾਨਾਂ ਸ਼ੁਰੂ ਕੀਤੀਆਂ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਾਲੀ ਸੁਰੱਖਿਆ ਤੇ ਮੰਤਰੀ ਮੰਡਲ ਦੀ ਕਮੇਟੀ ਨੇ ਬੁੱਧਵਾਰ ਨੂੰ ਭਾਰਤੀ ਹਵਾਈ ਫੌਜ ਲਈ 70 H T T 40 ਬੇਸਿਕ ਟ੍ਰੇਨਰ ਜਹਾਜ਼ਾਂ ਦੀ 6828.36 ਕਰੋੜ ਰੁਪਏ ਵਿਚ ਖਰੀਦ ਨੂੰ ਮਨਜ਼ੂਰੀ ਦਿੱਤੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ 6 ਸਾਲ ਦੀ ਮਿਆਦ ਵਿੱਚ ਜਹਾਜ਼ਾਂ ਦੀ ਸਪਲਾਈ ਕੀਤੀ ਜਾਵੇਗੀ। ਖਿਆ ਮੰਤਰਾਲੇ ਨੇ ਕਿਹਾ ਕਿ ਸਰਕਾਰੀ ਖੇਤਰ ਦੀ ਹਿੰਦੁਸਤਾਨ 에ਰੋਨੈਟਿਕਸ ਲਿਮਿਟਿਡ ਵੱਲੋਂ ਬਣਾਈਆਂ HTT41 ਟਰਬੋਪ੍ਰੋਪ ਜਹਾਜ਼ ਹੈ ਜਿਸ ਨੂੰ ਬਿਹਤਰ ਟ੍ਰੇਨਿੰਗ ਸਮਰਥਾਵਾਂ ਦੇ ਨਾਲ ਤਿਆਰ ਕੀਤਾ ਗਿਆ ਹੈ ਰਾਜਨਾ ਸਿੰਘ ਨੇ ਕਿਹਾ ਕਿ ਜਹਾਜ਼ਾਂ ਦੀ ਖਰੀਦ ਦਾ ਫੈਸਲਾ ਸੁਖਮ ਲਘੂ ਅਤੇ ਦਰਮਿਆਨੇ ਦੇ ਉਦਮਾਂ ਲਈ ਨਵੇਂ ਮੌਕੇ ਖੋਲੇਗਾ ਅਤੇ ਹਜ਼ਾਰਾਂ ਨੌਕਰੀਆਂ ਪੈਦਾ ਹੋਣਗੀਆਂ ਉਨ੍ਹਾਂ ਨੇ ਕਿਹਾ ਇਹ ਰੱਖਿਆ ਖੇਤਰ ਵਿੱਚ ਭਾਰਤ ਦੀ ਆਤਮ ਨਿਰਪਰਤਾ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ ਮੰਤਰਾਲਾ ਮੁਤਾਬਕ ਐਚਟੀਟੀ 40 ਵਿੱਚ ਲਗਭਗ 56% ਸਵਦੇਸ਼ੀ ਸਮੱਗਰੀ ਹੈ ਜਿਸ ਨੂੰ ਹੌਲੀ ਹੌਲੀ ਵਧਾ ਕੇ 60% ਤੋਂ ਵੱਧ ਕੀਤਾ ਜਾਵੇਗਾ ਉਨ੍ਹਾਂ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਐਚਏਐਲ ਆਪਣੀ ਸਪਲਾਈ ਲੜੀ ਵਿੱਚ ਐਮਐਸਐਮਈ ਸਮੇਤ ਨਿੱਜੀ ਖੇਤਰ ਦੇ ਨਿਰਮਾਤਾਵਾਂ ਨੂੰ ਜੋੜੇਗਾ ਇਸ ਖਰੀਦ ਦੇ ਨਾਲ ਸੋਤ ਵੱਧ MSME ਵਿੱਚ ਲਗਭਗ 1500 ਕਰਮਚਾਰੀਆਂ ਨੂੰ ਪ੍ਰਤੱਖ ਅਤੇ ਲਗਭਗ 3000 ਲੋਕਾਂ ਨੂੰ ਅਸਿੱਧੇ ਤੌਰ ਤੇ ਰੋਜ਼ਗਾਰ ਦਿੱਤਾ ਜਾ ਸਕਦਾ ਹੈ। ਵੱਧਦੀ ਮਹਿੰਗਾਈ ਦਰਮਿਆਨ ਸਰਕਾਰ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੰਦਿਆਂ ਕਈ ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ਘਟਾਈਆਂ ਹਨ। ਡਰਗ ਕੀਮਤਾਂ ਰੈਗੂਲੇਟਰ NPPA ਨੇ ਕਿਹਾ ਕਿ ਉਸਨੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਲਈ ਦਵਾਈਆਂ ਸਮੇਤ 74 ਦਵਾਈਆਂ ਦੀ ਪ੍ਰਚੂਨ ਕੀਮਤ ਤੈਅ ਕੀਤੀ ਹੈ। ਦੱਸਦੀ ਹੈ ਕਿ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਨੇ 21 ਫਰਵਰੀ ਨੂੰ ਹੋਈ ਅਥਾਰਟੀ ਦੀ 109ਵੀਂ ਬੈਠਕ 'ਚ ਲਏ ਗਏ ਫੈਸਲੇ ਦੇ ਆਧਾਰ 'ਤੇ ਡਰੱਗਜ਼ ਆਰਡਰ 2013 ਦੇ ਤਹਿਤ ਦਵਾਈਆਂ ਦੀਆਂ ਕੀਮਤਾਂ ਤੈਅ ਕੀਤੀਆਂ ਹਨ ਪੰਜਾਬ ਨੇ ਫਰਵਰੀ 2023 ਵਿੱਚ 1651 ਕਰੋੜ ਰੁਪਏ ਦਾ GST ਹਾਸਲ ਕਰ ਬਿੱਤੀ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 12% ਦੀ ਵਾਧਾ ਦਰਜ ਕੀਤਾ ਹੈ ਬਿਤੇ ਸਾਲ ਫਰਵਰੀ ਮਹੀਨੇ ਵਿੱਚ ਪੰਜਾਬ ਨੇ 1480 ਕਰੋੜ ਰੁਪਏ ਦਾ ਜੀਐਸਟੀ ਮਾਲਿਆ ਹਾਸਲ ਕੀਤਾ ਸੀ ਪੰਜਾਬ ਦੇ ਨਾਲ ਹੀ ਹਰਿਆਣਾ 23% ਵਾਧੇ ਨਾਲ ਫਰਵਰੀ ਮਹੀਨੇ ਵਿੱਚ 7310 ਕਰੋੜ ਰੁਪਏ ਦਾ ਮਾਲਿਆ ਹਾਸਲ ਕਰਨ ਵਿੱਚ ਸਫਲ ਰਿਹਾ ਜਦਕਿ ਫਰਵਰੀ 2022 ਵਿੱਚ ਹਰਿਆਣਾ ਨੇ 5928 ਕਰੋੜ ਦੀ ਜੀਐਸਟੀ ਮਾਲਿਆ ਹਾਸਲ ਕੀਤੀ ਸੀ ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ ਚੰਡੀਗੜ੍ਹ ਨੇ ਜੀਐਸਟੀ ਵਸੂਲੀ ਵਿੱਚ 5-5% ਦੀ ਵਾਧਾ ਦਰਜ ਕੀਤਾ ਕੇਂਦਰੀ ਵਿੱਤ ਮੰਤਰਾਲੇ ਨੇ ਦੱਸਿਆ ਕਿ GST ਕਲੈਕਸ਼ਨ ਫਰਵਰੀ ਚ ਸਾਲਾਨਾ ਦਰ ਤੇ 12 ਫੀਸ ਦੀ ਵਾਧੇ ਕੇ 1.49 ਲੱਖ ਕਰੋੜ ਰੁਪਏ ਹੋ ਗਿਆ ਹੈ ਫਰਵਰੀ 2023 ਲਈ GST ਸੰਗ੍ਰਹਿ ਦੇ ਆંકड़े ਜਾਰੀ ਕਰਦੇ ਹੋਏ ਵਿੱਤ ਮੰਤਰਾਲੇ ਨੇ ਕਿਹਾ ਕਿ ਇਸ ਮਹੀਨੇ ਵਿੱਚ 11931 ਕਰੋੜ ਰੁਪਏ ਸੈਸ ਦੇ ਰੂਪ ਵਿੱਚ ਇਕੱਠੇ ਕੀਤੇ ਗਏ ਜੋ GST ਲਾਗੂ ਹੋਣ ਤੋਂ ਬਾਅਦ ਸਭ ਤੋਂ ਉੱਚਾ ਪੱਧਰ ਹੈ ਜੋਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਨਵੇਂ ਨਿਯਮਾਂ ਅਨੁਸਾਰ ਕੈਂਪਸ ਵਿੱਚ ਧਰਨਾ ਦੇਣ ਤੇ ਵਿਦਿਆਰਥੀਆਂ ਨੂੰ 20000 ਰੁਪਏ ਤੱਕ ਦਾ ਜੁਰਮਾਨਾ ਅਤੇ ਉਹਨਾਂ ਦਾ ਦਾਖਲ ਰੱਦ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਹਿੰਸਾ ਲਈ 30000 ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਨਵੇਂ ਨਿਯਮਾਂ ਮੁਤਾਬਕ ਕਿਸੇ ਵਿਦਿਆਰਥੀ, ਸਟਾਫ ਜਾਂ ਫੈਕਲਟੀ ਮੈਂਬਰ ਨਾਲ ਸਰੀਰਕ ਹਿੰਸਾ, ਦੁਰਵਿਵਹਾਰ ਅਤੇ ਕੁੱਟਮਾਰ ਕਰਨ ਤੇ 50000 ਰੁਪਏ ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਵਿਦਿਆਰਥੀਆਂ ਤੇ ਅਧਿਆਪਕਾਂ ਦੇ ਨਵੇਂ ਨੀਮਾ ਕਾਰਨ ਯੂਨੀਵਰਸਿਟੀ ਦੀ ਆਲੋਚਨਾ ਕੀਤੀ ਹੈ ਤੇ ਇਹਨਾਂ ਨੂੰ ਕਾਲੇ ਨੀਮ ਕਰਾਰ ਦਿੱਤਾ ਗਿਆ। ਗਲੋਬਲ ਡਿਪਲੋਮੈਟਿਕ ਪੱਧਰ ਤੇ ਇੱਕ ਜੇਹੀ ਘਟਨਾ ਵਾਪਰੀ ਹੈ ਜੋ ਕਿ ਸੇ ਮਜ਼ਾਕ ਤੋਂ ਘਟ ਨਹੀਂ ਹੈ। ਬਲਤਕਾਰ ਦੇ ਦੋਸ਼ੀ ਅਤੇ ਖੁਦ ਨੂੰ ਭਗਵਾਨ ਦਾ ਦਰਜਾ ਦੇਣ ਵਾਲੇ ਨਿੱਤਿਆਨੰਦ ਵੱਲੋਂ ਸਥਾਪਿਤ ਕੀਤਾ ਗਿਆ ਕਾਲਪਨਿਕ ਦੇਸ਼ ਕੈਲਾਸ਼ਾ ਦਾ ਇੱਕ ਨੁਮਾਇੰਦਾ ਯੂਨ ਦੀ ਮੀਟਿੰਗ ਵਿੱਚ ਸ਼ਾਮਲ ਹੋ ਗਿਆ। ਇਸ ਮੀਟਿੰਗ ਵਿੱਚ ਭਾਰਤ ਖਿਲਾਫ ਜਾਹਿਰ ਜਹਿਰ ਉਗਲਣ ਵਿੱਚ ਉਸਨੇ ਕੋਈ ਕਸਨ ਨਹੀਂ ਛੱਡੀ ਕਲਾਸ਼ਾ ਦੇ ਨੁਮਾਇੰਦੇ ਨੇ ਕਿਹਾ ਕਿ ਨਿਤਿਆਨੰਦ ਹਿੰਦੂ ਤਰੰਗ ਵਿੱਚ ਸਭ ਤੋਂ ਸਰਵਉੱਚ ਗੁਰੂ ਹੈ ਅਤੇ ਉਸ ਨੂੰ ਸਤਾਇਆ ਜਾ ਰਿਹਾ ਹੈ। UN ਦੀ ਮੀਟਿੰਗ ਵਿੱਚ ਨਿਤਿਆਨੰਦ ਨੇ ਸੁਰੱਖਿਆ ਦੇਣ ਦੀ ਮੰਗ ਕੀਤੀ ਗਈ ਅਤੇ ਨਿਤਿਆਨੰਦ ਦਾ ਪਾਕਰਖਣ ਵਾਲੀ ਮਾ ਵਿਜਯਾਪ੍ਰਿਆ ਨਾ ਆਦੀ ਔਰਤ UN ਦੇ ਆਰਥਿਕ ਸਮਾਜਿਕ ਅਤੇ ਸਾਂਸਕ੍ਰਿਤਿਕ ਅਧਿਕਾਰਾਂ ਦੀ 19ਵੀਂ ਮੀਟਿੰਗ ਵਿੱਚ ਸ਼ਾਮਲ ਹੋਈ। ਉਸ ਨੇ ਦਾਵਾ ਕੀਤਾ ਕਿ ਯੂਨਾਈਟਿਡ ਸਟੇਟਸ ਆਫ ਕਲਾਸ਼ਾ ਦੇ ਬਾਣੀ ਨਿਤਿਆਨੰਦ ਤੇ ਭਾਰਤ ਜ਼ੁਲਮ ਕਰ ਰਿਹਾ ਹੈ। ਕਲਾਸ਼ਾ ਨੂੰ ਹਿੰਦੂ ਤਰੰਗ ਦਾ ਪਹਿਲਾ ਪ੍ਰਭੂ ਸੱਤਾ ਸੰਪੰਨ ਰਾਜ ਦੱਸਦੇ ਹੋਏ ਵਿਜੈਪ੍ਰਿਆ ਨੇ ਰਾਸ਼ਟਰੀ ਪਾਇਚਾਰੇ ਨੂੰ ਕਿਹਾ ਕਿ ਉਹ ਕਲਾਸ਼ਾ ਦੇ 20 ਲੱਖ ਹਿੰਦੂ ਪ੍ਰਵਾਸੀਆਂ ਤੇ ਨਿਤਿਆਨੰਦ ਦੇ ਜ਼ੁਲਮ ਰੋਕਨ ਮੀਟਿੰਗ ਦੌਰਾਨ ਉਸਨੇ ਇਹ ਵੀ ਦਾਅਵਾ ਕੀਤਾ ਕਿ 150 ਦੇਸ਼ਾਂ ਵਿੱਚ ਉਸਨੇ ਦੂਤਕਰ ਅਤੇ ਗੈਰ ਸਰਕਾਰੀ ਸੰਗਠਨ ਸਥਾਪਿਤ ਕੀਤੇ ਹਨ ਹਾਲਾਂਕਿ ਅਜੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਲਾਸ਼ਾ ਨੂੰ ਸੰਯੁਕਤ ਰਾਸ਼ਟਰ ਨੇ ਮਾਨਤਾ ਦਿੱਤੀ ਹੈ ਜਾਂ ਨਹੀਂ ਤੇ ਜੇ ਮਾਨਤਾ ਦਿੱਤੀ ਗਈ ਹੈ ਤਾਂ ਨਿਤਿਆਨੰਦ ਨੂੰ ਕਾਲਪਨਿਕ ਦੇਸ਼ ਦਾ ਰਾਜਾ ਕਿਸ ਪ੍ਰਕਿਰਿਆ ਤਹਿਤ ਬਣਾਇਆ ਗਿਆ ਨਿਤਿਆਨੰਦ ਯੋਨ ਸ਼ੋਸ਼ਨ ਦੇ ਦੋਸ਼ ਹੋਏ ਇੱਕ ਪਗੋੜਾ ਐਲਾਨ ਹੈ ਨਵੰਬਰ 2019 ਵਿੱਚ ਗੁਜਰਾਤ ਪੁਲਿਸ ਨੇ ਦੱਸਿਆ ਸੀ ਕਿ ਉਹ ਫਰਾਰ ਹੋ ਚੁੱਕਾ ਹੈ ਪੁਲਿਸ ਉਸਦੇ ਆਸ਼ਰਮ ਵਿੱਚ ਬੱਚਿਆਂ ਦੇ ਅਗਵਾ ਨਾਲ ਜੁੜੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ ਪਿਛਲੇ ਮਹੀਨੇ ਦੀ ਯੂਜ਼ਰ ਸੇਫਟੀ ਮਹੀਨਾਵਾਰ ਰਿਪੋਰਟ ਜਾਰੀ ਕਰਦੇ ਹੋਏ WhatsApp ਨੇ ਲਗਭਗ 29 ਲੱਖ 18000 ਇੰਡੀਅਨ ਅਕਾਊਂਟ ਬੰਦ ਕਰ ਦਿੱਤੇ ਹਨ 1 ਜਨਵਰੀ ਤੋਂ ਲੈ ਕੇ 31 ਜਨਵਰੀ ਵਿੱਚ ਲਗਭਗ 10 ਲੱਖ 29000 ਅਕਾਊਂਟ ਅਜੇਹੇ ਹਨ ਜਿਨ੍ਹਾਂ ਨੂੰ ਕੰਪਨੀ ਨੇ ਬੰਦ ਕਰ ਦਿੱਤਾ ਕਿਉਂਕਿ ਇਹ ਭਾਰਤ ਸਰਕਾਰ ਦੇ ਤੈ ਨੀਮਾ ਤੇ WhatsApp ਦੀ ਪਾਲਿਸੀ ਦਾ ਉਲੰਘਣ ਕਰ ਰਹੇ ਸਨ ਜੇਕਰ ਤੁਸੀਂ ਵੀ WhatsApp ਦਾ ਇਸਤੇਮਾਲ ਗਲਤ ਕੰਮਕਾਰ ਲਈ ਕਰਦੇ ਹੋ ਤਾਂ Meta ਤੁਹਾਡੇ ਅਕਾਊਂਟ ਤੇ ਐਕਸ਼ਨ ਲੈ ਸਕਦਾ ਹੈ ਹਰ ਮਹੀਨੇ WhatsApp ਯੂਜ਼ਰ ਲਈ ਕਈ ਅਕਾਊਂਟ ਜਿਹੜੇ ਨੇ ਰਿਪੋਰਟ ਕਰਦੇ ਹਨ ਜਿਸ ਦੇ ਬਾਅਦ WhatsApp ਇਹਨਾਂ ਨੂੰ ਰਿਵਿਊ ਕਰਦਾ ਹੈ ਅਤੇ ਸਹੀ ਪਾਇਆ ਜਾਂਦੇ ਅਕਾਊਂਟ ਨੂੰ ਪਰਮਾਨੈਂਟਲੀ ਬਲੌਕ ਜਾਂ ਖਤਮ ਕਰ ਦਿੰਦਾ ਹੈ WhatsApp ਇਸ ਤਰ੍ਹਾਂ ਦੇ ਕਦਮ ਇਸ ਲਈ ਚੁੱਕਦਾ ਹੈ ਤਾਂ ਕਿ ਪਲੇਟਫਾਰਮ ਨੂੰ ਯੂਜ਼ਰ ਲਈ ਸੁਰੱਖਿਤ ਬਣਾਇਆ ਜਾ ਸਕੇ ਦੱਸ ਦੇ ਕਿ ਦੁਨੀਆ ਭਰ ਵਿੱਚ ਲਗਭਗ 2 ਬਿਲੀਅਨ ਤੋਂ ਵੀ ਵੱਧ ਲੋਕ WhatsApp ਦਾ ਇਸਤੇਮਾਲ ਕਰਦੇ ਹਨ ਪਿਛਲੇ ਸਾਲ ਦਸੰਬਰ ਮਹੀਨੇ ਵਿੱਚ WhatsApp ਨੇ ਲਗਭਗ 36 ਲੱਖ ਤੋਂ ਵੱਧ account ਦੇਸ਼ ਵਿੱਚ ਬੰਦ ਕੀਤੇ ਸਨ ਜਨਵਰੀ ਵਿੱਚ WhatsApp ਨੂੰ ਲਗਭਗ 1461 ਸ਼ਿਕਾਇਤਾਂ ਵੱਖ-ਵੱਖ account ਨੂੰ ਲੈ ਕੇ ਮਿਲੀ ਸੀ ਜਿਸ ਵਿੱਚ 1337 account ਨੂੰ ਬੈਨ ਕਰਨ ਦੀ ਅਪੀਲ ਯੂਜ਼ਰ ਵੱਲੋਂ ਕੀਤੀ ਗਈ ਸੀ ਜਦਕਿ ਹੋਰਨਾਂ ਤੇ سپورਟ ਤੇ ਸੇਫਟੀ ਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ ਗਈ ਸੀ ਇਨਸਟੈਂਟ ਬਲੌਗਿੰਗ ਪਲੇਟਫਾਰਮ ਟਵਿੱਟਰ ਦੀਆਂ ਸੇਵਾਵਾਂ ਅੱਜ ਅਚਾਨਕ ਠੱਪ ਹੋ ਗਈਆਂ ਯੂਜ਼ਰਸ ਨੂੰ ਟਵੀਟ ਰਿਫਰੈਸ਼ ਕਰਨ ਵਿੱਚ ਮੁਸ਼ਕਲ ਆ ਰਹੀਆਂ ਹਨ ਯੂਜ਼ਰ ਨੂੰ ਟਾਈਮਲਾਈਨ ਤੇ ਪੋਸਟ ਐਕਸੈਸ ਕਰਨ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਡਾਊਨ ਡਿਟੈਕਟਰ ਨੇ ਵੀ ਟਵਿੱਟਰ ਡਾਊਨ ਦੀ ਪੁਸ਼ਟੀ ਕੀਤੀ ਹੈ ਡਾਊਨ ਡਿਟੈਕਟਰ ਮੁਤਾਬਕ ਭਾਰਤੀ ਸਮੇਂ ਅਨੁਸਾਰ ਸ਼ਾਮ 4 ਵਜੇ ਦੇ ਆਸ-ਪਾਸ 600 ਤੋਂ ਵੱਧ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ ਜ਼ਿਆਦਾਤਰ ਯੂਜ਼ਰਸ ਨੂੰ ਐਪ ਤੇ ਆਪਣਾ ਫੀਡ ਲੋਡ ਕਰਨ ਵਿੱਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦ ਕੀ ਹੋਰਨਾਂ ਨੂੰ ਵੈਬਸਾਈਟ ਤੇ ਸਰਵਰ ਕਨੈਕਸ਼ਨ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਦੱਸ ਦੇ ਕਿ 5 ਦਿਨ ਪਹਿਲਾਂ ਵੀ ਟਵਿੱਟਰ ਦੀ ਸਰਵਿਸ ਡਾਊਨ ਹੋ ਗਈ ਸੀ ਜੋ ਰਾਤ 10 ਵਜੇ ਤੋਂ ਬਾਅਦ ਹੋਈਆਂ ਸੀ ਨਵੇਂ ਡਾਊਨ ਨੂੰ ਲੈ ਕੇ ਟਵਿੱਟਰ ਨੇ ਅੱਜ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਇਸ ਦਰਮਿਆਨ ਕਈ ਟਵਿੱਟਰ ਯੂਜ਼ਰ ਪਲੇਟਫਾਰਮ ਤੋਂ ਮੀਮਸ ਨਾਲ ਆਊਟੇਜ ਦੀ ਸ਼ਿਕਾਇਤ ਕਰ ਰਹੇ ਹਨ ਟਵਿੱਟਰ ਦੇ ਨਵੇਂ ਸੀਈਓ ਐਲਨ ਮਸਕ ਨੇ ਕੁਝ ਸਮਾਂ ਪਹਿਲਾਂ ਹੀ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਟਵਿੱਟਰ ਦੇ ਸਾਰੇ ਇਸ਼ੂ ਫਿਕਸ ਕਰਨ ਤੇ ਕੰਮ ਕਰ ਰਹੀ ਹੈ। ਇਸ ਵਾਰ ਵੀ ਟਵਿੱਟਰ ਪੂਰੀ ਦੁਨੀਆ ਵਿੱਚ ਡਾਊਨ ਹੋਇਆ ਤੇ ਤੇਜ਼ੀ ਨਾਲ ਟਵਿੱਟਰ ਡਾਊਨ ਟ੍ਰੈਂਡ ਕਰ ਰਿਹਾ ਹੈ। ਟਵਿੱਟਰ ਵਿੱਚ ਨਵੇਂ ਟਵੀਟਸ ਦਿਖਾਈ ਨਹੀਂ ਦੇ ਰਹੇ ਹਨ। ਰਿਫਰੈਸ਼ ਹੋਣ ਤੇ ਪੁਰਾਣਾ ਟਵੀਟੀ ਦਿਖ ਰਿਹਾ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ 2023-24 ਲਈ ਨਵੀਂ ਆਪਕਾਰੀ ਨੀਤੀ ਦਾ ਡਰਾਫਟ ਜਾਰੀ ਕੀਤਾ ਜਿਸ ਵਿੱਚ ਕਈ ਤਰ੍ਹਾਂ ਦੇ ਬਦਲਾਅ ਕੀਤੇ ਗਏ ਹਨ। ਨਵੀਂ ਆਪਕਾਰੀ ਮੁਤਾਬਕ ਹੁਣ ਪੰਚਕੁਲਾ, ਮੁਹਾਲੀ ਦੀ ਤਰ੍ਹਾਂ ਹੁਣ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਠੇਕੇ ਰਾਤ 12 ਵਜੇ ਤੱਕ ਖੁੱਲੇ ਸਕ ਖੁੱਲ ਸਕਣਗੇ ਪ੍ਰਸ਼ਾਸਨ ਨੇ ਗੋ ਸੈਸ ਨੂੰ ਘਟਾ ਦਿੱਤਾ ਹੈ ਪਰ ਈਵੀ ਸੈਸ ਤੇ ਕਲੀਨ 에ਅਰ ਸੈਸ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਨਾਲ ਸ਼ਰਾਬ ਦੀ ਕੀਮਤਾਂ ਵਿੱਚ ਥੋੜਾ ਜਿਹਾ ਵਾਧਾ ਹੋ ਸਕਦਾ ਹੈ ਇਹ ਸਾਰੇ ਫੈਸਲੇ 1 April ਤੋਂ ਲਾਗ ਹੋ ਸਕਦੇ ਹਨ ਇਸ ਸਬੰਧ ਵਿੱਚ ਪ੍ਰਸ਼ਾਸਨ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਆਪਕਾਰੀ ਨੀਤੀ ਦਾ ਉਦੇਸ਼ ਖਪਤਕਾਰਾਂ ਨਿਰਮਾਤਾਵਾਂ ਥੋਕ ਵਿਕਰੇਤਾਵਾਂ ਤੇ ਖੁਦਰਾ ਵਿਕਰੇਤਾਵਾਂ ਨੂੰ ਸੰਤੁਲਿਤ ਕਰਨਾ ਹੈ ਨਵੀਂ ਨੀਤੀ ਅਨੁਸਾਰ 바ਰ ਚਲਾਉਣ ਦੇ ਲਈ ਇਜਾਜ਼ਤ ਵੱਦੇ ਤੱਕ ਦਿੱਤੀ ਜਾਏਗੀ ਬੋਟਲਿੰਗ ਪਲਾਂਟਸ ਨੂੰ ਇਸ ਪਾਲਿਸੀ ਸਾਲ ਤੋਂ ਲੀਜ਼ ਤੇ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ ਬੋਟਲਿੰਗ ਪਲਾਂਟ ਤੋਂ ਭੇਜਣ ਲਈ ਬੋਟਲਿੰਗ ਪਲਾਂਟਸ ਦੇ ਸੰਚਾਲਨ ਦੇ ਘੰਟੇ ਵਧਾ ਕੇ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਉਤਸ਼ਾਹਿਤ ਕਰਨ ਲਈ ਨਵੇਂ ਬਾੜ ਲਾਇਸੈਂਸ ਧਾਰਕਾਂ ਨੂੰ 30 ਸਤੰਬਰ ਤੋਂ ਬਾਅਦ ਲਾਇਸੈਂਸ ਪ੍ਰਦਾਨ ਕੀਤੇ ਜਾਣ ਦੀ ਸਥਿਤੀ ਵਿੱਚ ਸਾਲਾਨਾ ਲਾਇਸੈਂਸ ਫੀਸ ਦਾ ਸਿਰਫ 50% ਭੁਗਤਾਨ ਕਰਨਾ ਪਵੇਗਾ ਇਹ ਟੈਂਡਰਿੰਗ ਨੂੰ ਲੈ ਕੇ ਹਰਿਆਣਾ 'ਚ ਹੰਗਾਮਾ ਜਾਰੀ ਹੈ ਪੰਚਕੁਲਾ 'ਚ ਮੁੱਖ ਮੰਤਰੀ ਦੀ ਰਿਹਾਈਸ਼ ਨੂੰ ਘੇਰਾ ਪਾਉਣ ਜਾ ਰਹੇ ਸਰਪੰਚਾਂ ਤੇ ਪੁਲਿਸ ਨੇ लाठीचार्ज ਕਰ ਦਿੱਤਾ ਜਿਸ 'ਚ 100 ਤੋਂ ਵੱਧ ਸਰਪੰਚ ਜ਼ਖਮੀ ਹੋ ਗਏ ਦੂਜੇ ਪਾਸੇ ਬੀਤੀ ਦਿਨ ਰਾਤ ਪੰਚਕੁਲਾ ਪੁਲਿਸ ਨੇ 4000 ਸਰਪੰਚਾਂ ਖਿਲਾਫ 10 ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ ਉੱਧਰ ਸਰਪੰਚਾਂ ਨੇ ਵੀ ਚੰਡੀਗੜ੍ਹ ਪੰਚਕੁਲਾ ਸਰਹੱਦ ਤੋਂ ਪੱਕਾ ਧਰਨਾ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਦਰਅਸਲ ਬੀਤੇ ਦਿਨ ਇਹ ਟੈਂਡਰਿੰਗ ਦਾ ਵਿਰੋਧ ਕਰਨ ਲਈ ਸੂਬੇ ਭਰ ਦੇ ਵਿੱਚ ਸਰਪੰਚਾਂ ਨੇ ਸਵੇਰੇ 11:00 ਦੋ ਪੰਚਕੁਲਾ ਦੇ ਸ਼ਾਲੀਮਾਰ ਮੈਦਾਨ 'ਤੇ ਇਕੱਠੇ ਹੋਣਾ ਸ਼ੁਰੂ ਕਰ ਦਿੱਤਾ। ਕਰੀ 5000 ਸਰਪੰਚ ਦੁਪਹਿਰ 1 ਵਜੇ ਚੰਡੀਗੜ੍ਹ ਲਈ ਰਵਾਨਾ ਹੋਏ। ਦੁਪਹਿਰ 3 ਵਜੇ ਦੇ ਕਰੀਬ ਸਾਰੇ ਸਰਪੰਚ ਹਾਊਸਿੰਗ ਚੌਂਗ ਬਾਰਡਰ 'ਤੇ ਪਹੁੰਚੇ ਜਿੱਥੇ ਉਹਨਾਂ ਨੇ ਚੰਡੀਗੜ੍ਹ ਚੰਡੀਗੜ੍ਹ ਕੋਚ ਦੌਰਾਨ ਸਰਪੰਚਾਂ ਅਤੇ ਪੁਲਿਸ ਵਿਛਾਲੇ ਜ਼ਬਰਦਸਤ ਝੜਪ ਹੋਈ। ਇਸ ਤੋਂ ਬਾਅਦ ਤਰਨਾ ਕਾਰੀ ਸਰਪੰਚਾਂ ਨੂੰ ਸੂਚਨਾ ਮਿਲੀ ਕਿ ਸਰਕਾਰ ਗੱਲਬਾਤ ਲਈ ਤਿਆਰ ਹੈ ਇਸ ਤੋਂ ਬਾਅਦ ਸਰਪੰਚਾਂ ਦਾ ਵਫਦ ਦੁਪਹਿਰ 3:30 ਵਜੇ ਚੰਡੀਗੜ੍ਹ ਲਈ ਰਵਾਨਾ ਹੋ ਗਿਆ ਹਾਲਾਂਕਿ ਮੁਲਾਕਾਤ ਨਾ ਹੋਣ ਤੇ ਸਰਪੰਚ ਵਾਪਸ ਪਰਤ ਆਏ ਓਐਸਡੀ ਪੁਪੇਸ਼ਪੁਰ ਦਿয়াল ਕਰੀਬ 4 ਵਜੇ ਪਹੁੰਚੇ ਪਰ ਗੱਲ ਨਾ ਬਣ ਸਕੇ ਅਤੇ ਉਹ ਵਾਪਸ ਪਰਤ ਆਏ ਭਾਰਤ ਦੇ ਵਿੱਚ ਇਸ ਸਮੇਂ ਫੁੱਲ ਭਾਵ ਕੀ ਸਪ੍ਰਿੰਗ ਇਨਫਲੂਐਂਜ਼ਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਜਿਸ ਵਿੱਚ ਲਗਾਤਾਰ ਖਾਂਗ ਆਉਣ ਦੀ ਸ਼ਿਕਾਇਤ ਰਹਿੰਦੀ ਹੈ ਇਨਫਲੂਐਂਜ਼ਾ ਦੇ ਲਪੇਟ ਵਿੱਚ ਆਏ ਵਿਅਕਤੀ ਨੂੰ ਕਈ ਹਫ਼ਤੇ ਤੱਕ ਖਾਂਗ ਦੀ ਸਮੱਸਿਆ ਰਹਿ ਸਕਦੀ ਹੈ ਮਹਿਰਾ ਦਾ ਮੰਨਣਾ ਹੈ ਕਿ ਇਨਫਲੂਐਂਜ਼ਾ ਦੇ ਇੰਜੈਕਸ਼ਨ ਨੂੰ ਲੈ ਕੇ ਘੱਟ ਜਾਗਰੂਕਤਾ ਕਾਰਨ ਇਸ ਦੇ ਮਾਮਲੇ ਦੇਸ਼ ਭਰ ਵਿੱਚ ਵੱਧਦੇ ਜਾ ਰਹੇ ਹਨ ਜਦਕਿ ਸਿਹਤ ਮਹਿਰਾ ਦਾ ਮੰਨਣਾ ਹੈ ਕਿ ਵਿਅਕਤੀ ਹਰ ਸਾਲ ਇਨਫਲੂਐਂਜ਼ਾ ਦਾ ਇੰਜੈਕਸ਼ਨ ਲਗਵਾਉਣਾ ਚਾਹੀਦਾ ਹੈ ਦੇਸ਼ ਭਰ ਵਿੱਚ ਇਨਫਲੂਐਂਜ਼ਾ ਦੇ ਮਾਮਲਿਆਂ ਨੂੰ ਲੈ ਕੇ ਵਿਗਿਆਨੀਆਂ ਦੇ ਦਾ ਵੱਧ ਗਈ ਹੈ ਹਾਲਾਂਕਿ ਦੇਸ਼ ਭਰ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਕਮੀ ਆ ਰਹੀ ਹੈ ਗਲੇ ਵਿੱਚ ਖਰਾਸ਼ ਹੋਣਾ ਖਾਣਾ निगलਨ ਤੇ ਦਰਦ ਮਹਿਸੂਸ ਹੋਣਾ ਤੇਜ਼ ਬੁਖਾਰ ਅਤੇ ਟੌਨਸਿਲ ਵਿੱਚ ਸੋਜਿਸ਼ ਹੋਣਾ ਇਨਫਲੂਐਂਜ਼ਾ ਦੇ ਲੱਛਣ ਹਨ ਭਾਰਤ ਵਿੱਚ ਇਨਫਲੂਐਂਜ਼ਾ ਦੇ ਟੀਕੇ ਜਾਂ ਫਲੂ ਸ਼ਾਟਸ ਜਿਨ੍ਹਾਂ ਨੂੰ ਹਰ ਸਾਲ ਲਗਵਾਉਣ ਦੀ ਲੋੜ ਹੁੰਦੀ ਹੈ ਪਰ ਇਸ ਦੇ ਪ੍ਰਤੀ ਬੇहद ਘੱਟ ਜਾਗਰੂਕਤਾ ਹੋਣ ਕਾਰਨ ਇਸ ਨੂੰ ਇੱਕ ਆਮ ਬਿਮਾਰੀ ਮੰਨਦੇ ਚੱਲਦੇ ਹਨ ਲੱਛਣ ਸਾਹਮਣੇ ਆਉਣ ਤੇ ਲੋਕਾਂ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਦੀ ਭਾਰਤ ਯਾਤਰਾ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਦਿੱਲੀ ਵਿੱਚ ਤਿੱਬਤਾ ਨੇ ਚੀਨੀ ਤੂਦਕਾਰ ਦੇ ਬਾਹਰ ਵਿਖਾਵਾ ਕੀਤਾ ਚੀਨੀ ਵਿਦੇਸ਼ ਮੰਤਰੀ ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਜੀ20 ਵਿਦੇਸ਼ ਮੰਤਰੀਆਂ ਵਿੱਚ ਮੀਟਿੰਗ ਵਿੱਚ ਭਾਗ ਲੈਣਗੇ ਦਿੱਲੀ ਪੁਲਿਸ ਨੇ ਤੂਦਕਾਰ ਦੇ ਬਾਹਰ ਵਿਖਾਵਾ ਕਰ ਰਹੇ ਕਈ ਵਿਖਾਵਾਕਾਰੀਆਂ ਨੂੰ ਰਿਹਾਸਤ ਦੇ ਵਿੱਚ ਲੈ ਲਿਆ ਅਤੇ ਉਹਨਾਂ ਨੇ ਇੱਕ ਬੱਸ ਵਿੱਚ ਨੇੜਲੇ ਪੁਲਿਸ ਸਟੇਸ਼ਨ ਲੈ ਗਏ ਚੀਨ ਦੇ ਵਿਦੇਸ਼ ਮੰਤਰੀ ਦੇ ਆਪਣੇ ਭਾਰਤੀ ਹਮਰੁਤਬਾ ਐਸ ਜੈ ਸ਼ੰਕਰ ਨਾਲ ਜੀ 20 ਮੀਟਿੰਗ ਜੋ ਸ਼ਾਮਲ ਹੋਣ ਤੋਂ ਇਲਾਵਾ ਨਿੱਜੀ ਮੁਲਾਕਾਤ ਦੀ ਉਮੀਦ ਹੈ ਰਿਪੋਰਟਰਾਂ ਮੁਤਾਬਕ ਉਹਨਾਂ ਦੇ ਸਰਹੱਦੀ ਮੁੱਦਿਆਂ ਤੇ ਚਰਚਾ ਕਰਨ ਅਤੇ ਮਾਮਲੇ ਨੂੰ ਸੁਲਝਾਉਣ ਲਈ ਡਿਪਲੋਮੈਟਿਕ ਅਤੇ ਫੌਜੀ ਪੱਧਰ 'ਤੇ ਗੱਲਬਾਤ ਦੇ ਨਤੀਜਿਆਂ ਸਮੀਖਿਆ ਕਰਨ ਦੀ ਸੰਭਾਵਨਾ ਵੀ ਹੈ ਸਿਵਲ ਹਸਪਤਾਲ 'ਚ ਹੁਣ ਸੁਧਾਰ ਹੋਣ ਲੱਗਾ ਹੈ ਕਿ 40 ਸਾਲ ਪਹਿਲਾਂ ਹਸਪਤਾਲ 'ਚ ਬਣੇ ਮੋਬਾਈਲ ਹੈਮੀਓਥੈਪੀ ਰੂਮ ਦੇ ਨਾਲ-ਨਾਲ ਆਸ-ਪਾਸੇ ਵੀ ਕੰਮ ਸ਼ੁਰੂ ਹੋ ਗਿਆ ਹੈ। ਦਰਅਸਲ ਜਲੰਧਰ ਦੇ ਸਿਵਲ ਹਸਪਤਾਲ 'ਚ ਜਿਹੜੀ ਇਮਾਰਤਾਂ ਨੇ ਕਾਫੀ ਪੁਰਾਣੀਆਂ ਹੋ ਚੁੱਕੀਆਂ ਹਨ ਇਸ ਦੇ ਨਾਲ ਹੀ ਉਹ ਖੰਡਰ ਵੀ ਹੋ ਚੁੱਕੀਆਂ ਨੇ। ਇਸ ਸਬੰਧੀ ਕਈ ਵਾਰ ਹਸਪਤਾਲ ਦੇ ਮੈਡੀਕਲ ਸੁਪਰੀਡੈਂਟਾਂ ਨੂੰ ਪੱਤਰ ਵੀ ਲਿਖੇ ਜਾ ਚੁੱਕੇ ਹਨ ਤਾਂ ਕਿ ਇਮਾਰਤਾਂ ਨੂੰ ਠੀਕ ਕੀਤਾ ਜਾ ਸਕੇ। ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਡੀਸੀ ਜਸਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਵੇਖਿਆ ਕਿ ਹਸਪਤਾਲ ਦੀਆਂ ਇਮਾਰਤਾਂ ਤੇ ਹਸਪਤਾਲ ਦੇ ਮੁੱਖ ਗੇਟ ਨੂੰ ਜਾਣ ਵਾਲੀ ਸੜਕ ਜਿੱਥੋਂ ਐਂਟਰੀ ਹੁੰਦੀ ਹੈ ਉਸ ਸੜਕ ਦੀ ਵੀ ਹਾਲਤ ਖਸਤਾ ਹੋ ਚੁੱਕੀ ਹੈ ਇਸ ਸਬੰਧੀ ਉਹਨਾਂ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਐਕਸੀਅਨ ਸੁਖਚਾਨ ਸਿੰਘ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੂੰ ਪੂਰੀ ਸੂਚੀ ਤਿਆਰ ਕਰਨ ਲਈ ਕਿਹਾ ਤਾਂ ਜੋ ਪੂਰਾ ਪ੍ਰੋਜੈਕਟ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਜਾ ਸਕੇ ਐਕਸੀਐਨ ਸੁਖਚਾਨ ਸਿੰਘ ਨੇ ਕੁਝ ਹੀ ਸਮੇਂ ਚ ਸੂਚੀ ਤਿਆਰ ਕਰਕੇ ਡੀਸੀ ਜਸਪ੍ਰੀ ਸਿੰਘ ਨੂੰ ਪੇਸ਼ ਕੀਤੀ ਅਤੇ ਹਸਪਤਾਲ ਨੂੰ 80 ਲੱਖ ਰੁਪਏ ਮਿਲੇ ਇਸ ਤੋਂ ਬਾਅਦ ਨਿਰਮਾਣ ਦੇ ਕੰਮ ਸ਼ੁਰੂ ਹੋ ਗਏ ਬੁਧਵਾਰ ਸਿਵਲ ਹਸਪਤਾਲ ਦੇ ਮੈਡੀਕਲ ਸੁਪਰੀਡੈਂਟ ਅਤੇ ਕਾਰਜਕਾਰੀ ਸਿਵਲ ਸਰਜਨ ਡਾਕਟਰ ਅਜੀਵ ਸ਼ਰਮਾ ਐਕਸੀਐਨ ਸੁਖਚਾਨ ਸਿੰਘ ਤੇ ਐਸਡੀਓ ਨਿ제 ਸ਼ਰਮਾ ਨੇ ਆਈ ਮੋਬਾਈਲ ਉਸ ਸਾਰੇ 3 ਇਤਿਨ ਕਮਰਿਆਂ ਦਾ ਨਿਰਖਣ ਕੀਤਾ ਡਾਕਟਰ ਅਜੀਬ ਅਤੇ ਐਕਸੀਅਨ ਸੁਖਚੈਨ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਸਦਕਾ ਨਿਰਮਾਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਸਰਕਾਰ ਦੇ ਸਖਤ ਹੁਕਮ ਹਨ ਕਿ 31 ਮਾਰਚ ਤੋਂ ਪਹਿਲਾਂ ਪਹਿਲਾਂ ਸਾਰਾ ਕੰਮ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਹਸਪਤਾਲ ਆਉਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਡੇਥ ਸਰਟੀਫਿਕੇਟ ਲਈ ਹੁਣ ਲੋਕਾਂ ਨੂੰ ਨਗਰ ਨਿਗਮ ਦੇ ਚੱਕਰ ਲਗਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਹੁਣ ਇਹ ਡੈਥ ਸਰਟੀਫਿਕੇਟ ਉਹਨਾਂ ਨੂੰ ਸ਼ਮਸ਼ਾਨ ਘਾਟਾ ਤੋਂ ਹੀ ਮਿਲ ਜਾਇਆ ਕਰੇਗਾ ਜਿੱਥੇ ਮ੍ਰਿਤਕ ਵਿਅਕਤੀ ਦਾ ਅੰਤਿਮ ਸੰਸਕਾਰ ਹੋਵੇਗਾ ਫਿਲਹਾਲ ਇਹ ਸਹੂਲਤ ਸ਼ਹਿਰ ਦੇ ਚਾਰ ਸ਼ਮਸ਼ਾਨ ਘਾਟਾਂ ਵਿੱਚ ਹੀ ਨਿਗਮ ਵੱਲੋਂ ਪ੍ਰਦਾਨ ਕੀਤੀ ਗਈ ਹੈ ਜਿਨ੍ਹਾਂ ਵਿੱਚ ਕੋਟ किशन ਚੰਦ ਮਾਡਲ ਟਾਊਨ ਸ਼ਮਸ਼ਾਨ ਘਾਟ ਹਰਨਾਮਦਾਸਪੁਰਾ ਸ਼ਮਸ਼ਾਨ ਘਾਟ ਭੂਮੀ ਅਤੇ ਬੀਐਸਐਫ ਟ੍ਰੀ ਚੌਂਕ ਨੇੜੇ ਅਮਰ ਬਾਗ ਸ਼ਮਸ਼ਾਨ ਘਾਟ ਸ਼ਾਮਲ ਹਨ ਬਾਕੀਆ ਵਿੱਚ ਅਜਿਹੀ ਸਹੂਲਤ ਅਗਲੇ ਪੜਾਅ ਵਿੱਚ ਪ੍ਰਦਾਨ ਕੀਤੀ ਜਾਵੇਗੀ ਜੇਕਰ ਇਹੋ ਹੈ ਕਿ ਜਦੋਂ ਕਿਸੇ ਵਿਅਕਤੀ ਦਾ ਅੰਤਿਮ ਸੰਸਕਾਰ ਸੰਪੰਨ ਹੁੰਦਾ ਹੈ ਤਾਂ ਸਬੰਧ ਸਬੰਧਿਤ ਸ਼ਮਸ਼ਾਨ ਘਾਟ ਦੇ ਰਜਿਸਟਰ ਵਿੱਚ ਉਸ ਨਾਲ ਸਬੰਧਿਤ ਐਂਟਰੀ ਦਰਜ ਕੀਤੀ ਜਾਂਦੀ ਹੈ ਜਿੱਤੇ ਵਿਰਤੀਕਰਤੇ ਐਂਟਰੀ ਕਰਵਾਉਣ ਵਾਲੇ ਦਾ ਆਧਾਰ ਕਾਰਡ ਵੀ ਲਿਆ ਜਾਂਦਾ ਹੈ ਅਤੇ ਲੱਕੜੀ ਆਦਿ ਦੇ ਖਰਚੇ ਵੀ ਪਰਚੀ ਦਿੱਤੀ ਜਾਂਦੀ ਹੈ ਹੁਣ ਇਨ੍ਹਾਂ ਸ਼ਮਸ਼ਾਨ ਘਾਟਾਂ ਵਿੱਚ ਹੀ ਕੰਪਿਊਟਰ ਰਾਹੀਂ ਇਹ ਸਾਰੇ ਦਸਤਾਵੇਜ਼ ਉਸੇ ਸਮੇਂ ਪੰਜਾਬ ਸਰਕਾਰ ਦੇ ਈ ਸੇਵਾ ਪੋਰਟਲ ਤੇ ਅਪਲੋਡ ਕਰ ਦਿੱਤੇ ਜਾਣਗੇ ਜੋ ਆਨਲਾਈਨ ਟੰਗ ਨਾਲ ਹੀ ਨਿਗਮ ਅਧਿਕਾਰੀਆਂ ਜਾਂ ਰਜਿਸਟਰ ਕੋਲ ਪਹੁੰਚਣਗੇ ਜੋ ਇਹਨਾਂ ਨੂੰ ਪਾਸ ਸਕਰਣਗੇ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਚ ਬੰਦ ਇੱਕ ਨੌਜਵਾਨ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਮ੍ਰਿਤਕ ਦੀ ਪਛਾਣ ਰੋਹਿਤ ਵਿਸ਼ੇਸ਼ਟ ਵਾਸੀ ਹਾਜੀਪੁਰ ਵੱਜੋਂ ਹੋਈ ਹੈ ਜੋ ਕਤਲ ਦੇ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਘਟ ਰਿਹਾ ਸੀ ਜੇਲ੍ਹ ਪ੍ਰਸ਼ਾਸਨ ਨੂੰ ਘਟਨਾ ਦਾ ਸਵੇਰੇ ਪਤਾ ਲੱਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਸਨੇ ਆਪਣੇ ਪਰਨੇ ਨੂੰ ਗੋਲ ਕਰਕੇ ਬਾਥਰੂਮ ਦੀ ਗ੍ਰਿਲ ਨਾਲ ਬੰਨ ਕੇ ਖੁਦਕੁਸ਼ੀ ਕਰ ਲਈ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ ਤੇ ਉੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ सुरेंद्र ਕੁਮਾਰ ਨੇ ਦੱਸਿਆ ਕਿ ਮ੍ਰਿਤਕ ਨੂੰ ਕਤਲ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋਈ ਸੀ ਮ੍ਰਿਤਕ ਨੇ ਅਜਿਹਾ ਕਦਮ ਕਿਉਂ ਚੁੱਕਿਆ ਇਸ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਬਾਰਡਰ ਸਿਕਿਉਰਿਟੀ ਫੋਰਸ ਯਾਨੀ ਕਿ ਬੀਐਸਐਫ ਵੱਲੋਂ ਪੰਜਾਬ ਦੇ ਅੰਮ੍ਰਿਤਸਰ ਬਾਰਡਰ ਤੇ ਸੁੱਟਿਆ ਗਿਆ ਇੱਕ ਡਰੋਨ ਦੀ ਸਟੱਡੀ ਨੇ ਦੇਸ਼ ਨੂੰ ਹਿਲਾ ਦਿੱਤਾ 2 ਮਹੀਨੇ ਬਾਅਦ ਡਰੋਨ ਦੀ ਫੋਰੈਂਸਿਕ ਰਿਪੋਰਟ ਤੋਂ ਪਤਾ ਚੱਲਿਆ ਹੈ ਕਿ ਪਾਰ ਪਾਕਿਸਤਾਨ ਸਰਹੱਦ ਤੇ ਸੁੱਟਿਆ ਗਿਆ ਡਰੋਨ ਪਹਿਲਾਂ ਚੀਨ ਵਿੱਚ ਤੇ ਫਿਰ ਪਾਕਿਸਤਾਨ ਵਿੱਚ ਵੀ ਉਡਾਨ ਭਰ ਚੁੱਕਿਆ ਸੀ ਗੋਰਤਲਾ ਵਿਖੇ ਬੀਐਸਐਫ ਨੇ 23 ਦਸੰਬਰ ਦੀ ਰਾਤ ਤਕਰੀਬਨ 7:45 ਵਜੇ ਅਮ੍ਰਿਤਸਰ ਸੈਕਟਰ ਦੇ ਅਧੀਨ ਆਉਂਦੇ ਪਿੰਡ ਰਾਜ ਰਾਸਤਾਲ ਵਿੱਚ ਪਾਕਿਸਤਾਨ ਵੱਲੋਂ ਆਇਆ ਇੱਕ ਡਰੋਨ ਨੂੰ ਸੁੱਟਣ ਵਿੱਚ ਸਫਲਤਾ ਹਾਸਲ ਕੀਤੀ ਸੀ ਇਹ ਇੱਕ ਕੁਆਡਕਾਪਟਰ ਡਰੋਨ ਸੀ ਡਰੋਨ ਦੀ ਆਵਾਜ਼ ਸੁਣ ਕੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰ ਦਿੱਤੀ ਤੇ ਡਰੋਨ ਵਾਪਸ ਜਾਣ ਤੋਂ ਪਹਿਲਾਂ ਹੀ ਡਿੱਗ ਗਿਆ ਬੀਐਸਐਫ ਨੇ ਇਸ ਡਰੋਨ ਨੂੰ ਫੋਰੈਂਸਿਕ ਜਾਂਚ ਲਈ ਪੇਜ ਦਿੱਤਾ ਡਰੋਨ ਦੀ ਫੋਰੈਂਸਿਕ ਰਿਪੋਰਟ ਤੋਂ ਪਤਾ ਚੱਲਿਆ 11 ਜੂਨ 2022 ਨੂੰ ਇਸ ਡਰੋਨ ਨੇ ਚੀਨ ਦੇ ਸ਼ੰਗਾਈ ਦੇ ਫੇਂਗ ਜਿਆਂਗ ਜ਼ਿਲ੍ਹੇ ਵਿੱਚ ਉਡਾਨ ਭਰੀ ਸੀ ਬਾਅਦ ਵਿੱਚ ਇਸ ਨੇ 24 ਸਤੰਬਰ ਤੋਂ 25 ਦਸੰਬਰ ਤੱਕ ਇਹ ਡਰੋਨ ਪਾਕਿਸਤਾਨ ਦੇ ਪੰਜਾਬ ਖੇਤਰ ਦੇ ਖਾਨੇਵਾਲ ਤੋਂ 28 ਵਾਰ ਉਡਾਇਆ ਸੀ ਬੀਐਸਐਫ ਦੇ ਸਾਬਕਾ ਡਾਇਰੈਕਟਰ ਜਨਰਲ ਪੰਕਜ ਕੁਮਾਰ ਨੇ ਸਰਹੱਦ ਤੇ ਸੁੱਤੇ ਜਾਣ ਵਾਲੇ ਸੁੱਤੇ ਜਾਣ ਵਾਲੇ ਹਰ ਡਰੋਨ ਦੀ ਫੋਰੈਂਸਿਕ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਤੋਂ ਬੀਐਸਐਫ ਹਰ ਸੁੱਤੇ ਜਾਣ ਵਾਲੇ ਡਰੋਨ ਦੀ ਜਾਂਚ ਕਰ ਰਹੀ ਹੈ ਜਿਸ ਨਾਲ ਡਰੋਨ ਦੀ ਉਡਾਨ ਦੀਆਂ ਸਥਿਤੀਆਂ ਦੇ ਬਾਰੇ ਵਿੱਚ ਪੂਰੀ ਜਾਣਕਾਰੀ ਮਿਲਦੀ ਹੈ ਤ੍ਰਿਪਤੀ थाना ਦੇ ਨੇੜੇ ਆਂਧ ਨਗਰ ਏ ਖੇਤਰ ਦੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਨੌਜਵਾਨ ਨੇ ਬੀਤੇ ਦਿਨੀ ਲੜਾਈ ਤੋਂ ਬਾਅਦ ਆਪਣੀ ਮਾਂ ਨੂੰ ਪਹਿਲੀ ਮੰਜ਼ਲ ਤੋਂ ਤੱਕਾ ਦੇ ਦਿੱਤਾ ਅਤੇ ਸਿਰ ਤੇ ਗੰਬੀਰ ਸੱਟ ਲੱਗਣ ਕਾਰਨ ਉਸ ਦੀ ਮਾਤਾ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰੇਖਾ ਰਾਣੀ ਵਜੋਂ ਹੋਈ ਹੈ। ਸੂਚਨਾ ਮਿਲਣ ਉਪਰੰਤ ਪੁਲਿਸ ਵੱਲੋਂ ਕੀਤੀ ਤਫ਼ਤੀਸ਼ ਦੌਰਾਨ थाना सदर ਦੀ ਪੁਲਿਸ ਨੇ ਦੋਸ਼ੀ ਗੋਬਿੰਦ ਬਹਿਲ ਦੇ ਵੱਡੇ ਭਰਾ ਰਾਜਨ ਬਹਿਲ ਦੇ ਬਿਆਨਾਂ ਤੇ ਉਕਤ ਦੋਸ਼ੀ ਕੇ ਲਾਹਤ ਇਰਾਦਾਇਕ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਦੱਸਿਆ ਕਿ ਦੋਸ਼ੀ ਪਿਛਲੇ 5 ਸਾਲ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਜਿਸ ਕਾਰਨ ਉਸ ਦਾ ਵੱਡਾ ਭਰਾ ਆਪਣੀ ਮਾਤਾ ਦੇ ਛੋਟੇ ਭਰਾ ਤੋਂ ਵੱਖ ਰਹਿੰਦਾ ਸੀ। ਉਹਨਾਂ ਨੇ ਦੱਸਿਆ ਕਿ ਗੋਬਿੰਦ ਮਾਮਲੀ ਜਹੀ ਗੱਲ ਨੂੰ ਲੈ ਕੇ ਝਗੜਾ ਕਰਨ ਲੱਗ ਜਾਂਦਾ ਸੀ। ਬੀਤੇ ਦਿਨੀ ਵੀ ਜਦੋਂ ਉਸ ਦੀ ਮਾਤਾ ਨੇ ਤੜਕੇ 3 ਵਜੇ ਦੇ ਕਰੀਬ ਉਸ ਨੂੰ ਫੋਨ ਬੰਦ ਕਰਕੇ ਸੌਣ ਲਈ ਆਖਿਆ ਤਾਂ ਉਸ ਨੇ ਤੈਸ਼ ਚ ਆ ਕੇ ਆਪਣੀ ਮਾਤਾ ਨੂੰ ਛੱਤ ਤੋਂ ੱੱਕਾ ਦੇ ਦਿੱਤਾ। ਜਿਸ ਨਾਲ ਉਸ ਦੇ ਸਿਰ 'ਤੇ ਸੱਟ ਲੱਗ ਗਈ ਜਿਸ ਤੋਂ ਬਾਅਦ ਉਸ ਦੀ ਮਾਤਾ ਨੂੰ ਸਰਕਾਰੀ ਰਜਿੰਦਰ ਹਸਪਤਾਲ ਵਿਖੇ ਲਾਜ ਲੈ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ थाना सदर ਦੀ ਪੁਲਿਸ ਨੇ ਮਾਮਲੇ ਦਰਜ ਕਰਕੇ ਕਾਰਵਾਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਸ਼੍ਰੋਮਣੀ ਕਾਲੇ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੂਬੇ 'ਚ ਆਮ ਆਦਮੀ ਪਾਰਟੀ ਦੇ ਕਲੀਨਿਕਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਸਵਾਲਾਂ ਦੇ ਢੇਰੇ ਵਿੱਚ ਖੜਾ ਕਰ ਦਿੱਤਾ। ਉਹਨਾਂ ਨੇ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਮੁਹੱਲਾ ਕਲੀਨਿਕਾਂ 'ਚ ਨਾ ਡਾਕਟਰ ਹਨ ਨਾ ਦਵਾਈ ਅਤੇ ਨਾ ਹੀ ਕੋਈ ਲੈਬਾਰਟਰੀ ਟੈਸਟ ਕੀਤੇ ਜਾ ਰਹੇ ਹਨ। ਸੁਖਵੀਰ ਬਾਦਲ ਨੇ ਕਿਹਾ ਕਿ ਜੇਕਰ ਮੁਹੱਲਾ ਕਲੀਨਿਕਾਂ 'ਚ ਇਸ ਤਰ੍ਹਾਂ ਦੇ ਹਾਲਾਤ ਹਨ ਤਾਂ ਫਿਰ ਅਕਾਲੀ ਅਕਾਲੀ ਸਰਕਾਰ ਵੇਲੇ ਚਲਾਏ ਸੇਵਾ ਕੇਂਦਰ ਬੰਦ ਕਰਕੇ 25-25 ਲੱਖ ਰੁਪਏ ਦਾ ਰੰਗ ਰੋਗਨ ਅਤੇ 50 ਕਰੋੜ ਰੁਪਏ ਦਾ ਦੇਸ਼ ਭਗਤ ਇਤਿਹਾਰ ਕਿਉਂ ਉਹਨਾਂ ਕਿਹਾ ਕਿ ਸੁਣਿਆ ਹੈ ਕਿ ਭਗਵੰਤ ਮਾਨ ਸਰਕਾਰ ਸਕੂਲਾਂ ਤੇ ਵੀ ਇਹੀ ਕੰਮ ਕਰਨ ਜਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਭਾ ਵਸਿਆ ਨੂੰ ਸਸਤੀਆਂ ਦਰਾਂ ਤੇ ਰੇਤ ਦੀ ਸਪਲਾਈ ਦੀ ਵਚਨਬੱਧਤਾ ਤੇ ਪਹਿਰਾ ਦਿੰਦਿਆਂ ਮਾਈਨਿੰਗ ਵਿਭਾਗ ਵੱਲੋਂ ਆਮ ਲੋਕਾਂ ਲਈ ਸ਼ੁਰੂ ਕੀਤੀਆਂ ਜਨਤਕ ਖੱਡਾਂ ਦੀ ਗਿਣਤੀ 15 ਮਾਰਚ ਤੱਕ 32 ਖੱਡਾਂ ਤੋਂ ਵਧਾ ਕੇ 50 ਤੱਕ ਕਰਨ ਦਾ ਟੀਚਾ ਮਿੱਥਿਆ ਗਿਆ ਹੈ ਇਹ ਜਾਣਕਾਰੀ ਮਾਈਨਿੰਗ ਮੰਤਰੀ ਗੁਰਮੀਤ ਸਿੰਘ ਮੀਤੇਰ ਨੇ ਇੱਥੇ ਪੰਜਾਬ ਪਵਨ ਵਿਕੇ ਵਿਭਾਗ ਦੇ ਸਮੂਹ ਜ਼ਿਲ੍ਹਾ ਅਧਿਕਾਰੀਆਂ ਨਾਲ ਜਨਤਕ ਖੱਡਾਂ ਦੇ ਕੰਮ ਦੀ ਸਮੀਖਿਆ ਲਈ ਰੱਖੀ ਮੀਟਿੰਗ ਦੌਰਾਨ ਦਿੱਤੀ। ਮੀਟਿੰਗ ਦੌਰਾਨ ਦੱਸਿਆ ਗਿਆ ਕਿ ਮੁੱਖ ਮੰਤਰੀ ਵੱਲੋਂ 6 ਫਰਵਰੀ ਨੂੰ ਜਨਤਕ ਖੱਡਾਂ ਤੋਂ ਲੋਕਾਂ ਨੂੰ 5 55 ਰੁਪਏ ਪ੍ਰਤੀ ਕਿਊਬਿਕ ਫੁੱਟ ਰੇਤ ਦੀ ਸਪਲਾਈ ਦੇਣ ਦੀ ਉਦਗਾਟਨ ਤੋਂ ਬਾਅਦ 3 ਹਫਤਿਆਂ ਦੇ ਛੋਟੇ ਸਮੇਂ ਦੌਰਾਨ ਆਮ ਲੋਕਾਂ ਨੇ ਹੁਣ ਤੱਕ 19516 ਟਰਾਲੀਆਂ ਰਾਹੀਂ 199991.67 ਮੈਟ੍ਰਿਕ ਟਨ ਰੇਤਾ ਵਰਤਿਆ ਹੈ ਲੋਕਾਂ ਵੱਲੋਂ ਜਿੱਥੇ ਪਰਮਾ ਹੰਗਾਰਾ ਮਿਲਿਆ ਹੈ ਉੱਤੇ ਹੀ ਸਥਾਨਕ ਕਿਰਤਿਆਂ ਨੂੰ ਵੀ ਕੰਮ ਮਿਲਿਆ ਹੈ ਇਸ ਨਾਲ ਬਹੁਤ ਸਾਰੇ ਨੌਜਵਾਨਾਂ ਨੂੰ ਸਿੱਧੇ ਤੇ ਅਸਿੱਧੇ ਤੌਰ ਤੇ ਰੋਜ਼ਗਾਰ ਮਿਲਿਆ ਹੈ ਮੀਥੇਅਰ ਨੇ ਅੱਗੇ ਕਿਹਾ ਕਿ ਜੇਕਰ ਮਾਈਨਿੰਗ ਵਾਸਤੇ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਦੇਣਾ ਚਾਹੁੰਦੇ ਤੇ ਚਾਹੁੰਦੇ ਹੈ ਤਾਂ ਉਹ ਵਿਭਾਗ ਦੇ ਜ਼ਿਲ੍ਹਾ ਮਾਈਨਿੰਗ ਅਧਿਕਾਰੀ ਕੋਲ ਪਹੁੰਚ ਕਰ ਸਕਦਾ ਹੈ ਅਤੇ ਇਸ ਤੋਂ ਇਲਾਵਾ ਵੀ ਵਿਭਾਗ ਦੇ ਕੋਲ ਜੋ ਟੋਲ ਫ੍ਰੀ ਨੰਬਰ ਹੈ ਉਸ ਰਾਹੀਂ ਸੰਪਰਕ ਕਰ ਸਕਦਾ ਹੈ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਪਿੰਡੂ ਵਿਹਾਈਤੀ ਫੰਡ ਦਾ ਪੈਸਾ ਰੋਕ ਕੇ ਜਾਨ ਮਗਰੋਂ ਪੰਜਾਬ ਮੰਡੀ ਬੋਰਡ ਚਾਰ ਬੈਂਕਾਂ ਦੀ ਕਰਜ਼ੇ ਦੀ ਕਿਸ਼ਤ ਨਹੀਂ ਮੋੜ ਸਕਿਆ ਅੱਜ ਦੇ ਦਸੰਬਰ ਮਹੀਨੇ ਚ ਕਿਸ਼ਤ ਦਾਣ ਕਿਸ਼ਤ ਨਾ ਭਰਨ ਕਾਰਨ ਮੰਡੀ ਬੋਰਡ ਡਿਫਾਲਟਰ ਹੋ ਗਿਆ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਮੰਡੀ ਬੋਰਡ ਨੇ ਹੁਣ ਪੰਜਾਬ ਸਰਕਾਰ ਦਾ ਮੂੰਹ ਖੜਕਾਇਆ ਹੈ ਅਤੇ ਵਿੱਤ ਵਿਭਾਗ ਤੋਂ ਕਰਜ਼ੇ ਦੀ ਕਿਸ਼ਤ ਤਾਰਨ ਵਾਸਤੇ ਰਾਸ਼ੀ ਦੀ ਮੰਗ ਕੀਤੀ ਹੈ ਮੰਡੀ ਬੋਰਡ ਨੇ ਕਿਹਾ ਕਿ ਕਰਜ਼ਾ ਦਿਹਾਤੀ ਵਿਕਾਸ ਫੰਡਾਂ ਦੀ ਆਮਦਨ ਤੇ ਚੁੱਕਿਆ ਸੀ ਇਹ ਕਰਜ਼ਾ ਪਿਛਲੀ ਕਾਂਗਰਸ ਸਰਕਾਰ ਦੀ ਫਸਲ ਕਰਜ਼ਾ ਮਾਫੀ ਯੋਜਨਾ ਨੂੰ ਫੰਡ ਦੇਣ ਲਈ ਲਿਆ ਗਿਆ ਸੀ ਸੂਬਾ ਸਰਕਾਰ ਨੇ ਬੈਂਕਾਂ ਨੂੰ ਕੁੱਲ 5500 ਕਰੋੜ ਰੁਪਏ ਵਾਪਸ ਕਰਨੇ ਹਨ ਇਸ ਕਰਜ਼ੇ ਦੀਆਂ ਸਿਰਫ 3 ਕਿਸ਼ਤਾਂ ਦੀ ਤਾਰਨੀਆਂ ਬਾਕੀ ਹਨ ਜਿਸ ਲਈ 1615 ਕਰੋੜ ਰੁਪਏ ਦੀ ਲੋੜ ਹੈ ਮੰਡੀ ਬੋਰਡ ਦਸੰਬਰ ਮਹੀਨੇ ਦੇ 545 ਕਰੋੜ ਦੀ ਕਿਸ਼ਤ ਇੰਨਾ ਚਾਰ ਬੈਂਕਾਂ ਨੂੰ ਨਹੀਂ ਤਾਰ ਸਕਿਆ ਜਿਸ ਕਰਕੇ ਮੰਡੀ ਬੋਰਡ ਡਿਫਾਲਟਰ ਹੋ ਗਿਆ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਬਹਿਬਲ ਕਲਾਂ ਗੋਲੀਕਾਂਡ ਦੇ ਕੇਸ ਵਿੱਚ ਜਲਦੀ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰੇਗੀ ਇਸ ਸੰਬੰਧੀ ਫੈਸਲਾ ਸੂਬਾ ਸਰਕਾਰ ਤੇ ਕੌਮੀ ਇਨਸਾਫ ਮੋਰਚਾ ਦੇ ਆਗੂਆਂ ਨਾਲ ਪਿਛਲੇ ਦਿਨੀ ਹੋਈ ਮੀਟਿੰਗ ਵਿੱਚ ਲਿਆ ਗਿਆ ਸੀ ਮੀਟਿੰਗ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ अरोड़ा ਨੇ ਕੌਮੀ ਇਨਸਾਫ ਮੋਰਚਾ ਦੇ ਆਗੂਆਂ ਜਿਨ੍ਹਾਂ ਵਿੱਚ ਐਡਵੋਕੇਟ ਅਮਰ ਸਿੰਘ ਚਾਹਲ ਪਾਲ ਸਿੰਘ ਫਰੌਂਸ ਅਤੇ ਬਲਵਿੰਦਰ ਸਿੰਘ ਸ਼ਾਮਲ ਸਨ ਨਾਲ ਗੱਲਬਾਤ ਕੀਤੀ ਮੀਟਿੰਗ ਦੌਰਾਨ ਮੰਤਰੀਆਂ ਨੇ ਵਫ਼ਦ ਨੂੰ ਦੱਸਿਆ ਕਿ ਸੂਬਾ ਸਰਕਾਰ ਵਹਿਬਲ ਕਲਾਂ ਗੋਲੀਕਾਂਡ ਸਬੰਧੀ ਜਲਦ ਹੀ ਅਦਾਲਤ ਵਿੱਚ ਚਲਾਨ ਪੇਸ਼ ਕਰੇਗੀ ਮੰਤਰੀਆਂ ਨੇ ਵਫ਼ਦ ਨੂੰ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਨੇ ਪਹਿਲਾ ਹੀ ਪਹਿਲਾ ਹੀ ਕੇਂਦਰੀ ਗ੍ਰਹਿ ਮੰਤਰੀ ਕੋਲ ਬੇਦਬੀ ਨਾਲ ਸੰਬੰਧਿਤ ਆਈਪੀਸੀ ਦੇ ਮੌਜੂਦਾ ਕਾਨੂੰਨਾ ਵਿੱਚ ਸਖਤ ਉਪਬੰਧ ਕਰਨ ਦੇ ਮੁੱਦੇ ਨੂੰ ਚੁੱਕਿਆ ਹੈ। ਉਹਨਾਂ ਨੇ ਕਿਹਾ ਕਿ ਇਹ ਮਾਮਲਾ ਪਹਿਲਾ ਹੀ ਸੂਬਾ ਸਰਕਾਰ ਦੇ ਵਿਚਾਰ ਅਧੀਨ ਹੈ। ਉਹਨਾਂ ਨੇ ਵੀ ਕਿਹਾ ਕਿ ਜਲਦੀ ਹੀ ਇਹ ਮੁੱਦਾ ਭਾਰਤ ਦੇ ਰਾਸ਼ਟਰਪਤੀ ਦੇ ਸਾਹਮਣੇ ਉਠਾਇਆ ਜਾਵੇਗਾ। ਇਸਾਤ ਦੇਸ਼ ਵਿਦੇਸ਼ੀਆਂ ਕੁਝ ਚੌਂਵੀਆ ਖਬਰਾਂ ਹੋਰ ਖਬਰਾਂ ਦੇ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਨੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਦੇ ਨਾਲ।